ਮਾਜ਼ ਹਾਜ਼ਰੀਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੀ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਇਸ ਮੇਲੇ ਦੀਆਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ। ਔਰ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਦੇ ਕਰਕੇ, ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਇੱਥੇ ਮਨਾਉਣ ਲਈ ਆਪਾਂ ਇਕੱਤਰ ਹੋਏ ਆ। ਸਤਿਕਾਰਯੋਗ ਬਾਬਾ ਜੀ ਧੰਨ ਧੰਨ ਬਾਬਾ ਨਾਮ ਕਮਲ ਰਾਜਾ ਸਾਹਿਬ ਜੀ, 150 ਸਾਲਾ ਮੇਲਾ ਆਪਾਂ ਸਾਰੇ ਸ਼ਰਧਾ ਨਾਲ ਮਨਾ ਰਹੇ ਹਾਂ। ਔਰ ਤੁਸੀਂ ਜਕਾਰੇ ਦਾ ਜਵਾਬ ਜਿਹੜਾ ਗੱਜ ਕੇ ਦੇਣਾ ਸਾਰਿਆਂ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਬਾਬੇ ਦੇ ਨਾਂ ਦਾ ਜਕਾਰਾ ਮਾਰ ਲਈਓ, ਠੀਕ ਹੈ ਜੀ? ਮੈਂ ਜਕਾਰਾ ਰਾਜਾ ਸਾਹਿਬ ਦਾ ਸੱਚੇ ਦਰਬਾਰ ਕੀ ਜੈ। ਨਾ ਨਾ ਲੰਗਰ ਲੱਗਦਾ ਖਾਧਾ ਹੀ ਨਹੀਂ। ਉੱਚੀ ਬੋਲੋ, ਨਹੀਂ ਜਿਨ੍ਹਾਂ ਦੇ ਕਰਕੇ ਆਪਾਂ ਇਕੱਤਰ ਹੋਏ ਆ ਉਹਨਾਂ ਦਾ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੇ ਇਹ ਜਿਹੜਾ ਮੇਲਾ ਹੋ ਰਿਹਾ ਇਹ NRI ਭਰਾਵਾਂ ਦੀ ਬਦੌਲਤ ਔਰ ਇੱਥੋਂ ਦੀ ਸੰਗਤ ਔਰ ਨੌਜਵਾਨਾਂ ਨੇ ਉਪਰਾਲਾ ਕੀਤਾ। ਸੋ ਇੱਕ ਵਾਰੀ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਔਰ ਨਾਲ ਦੀ ਨਾਲ ਮਿਸ ਪੂਜਾ ਗਰੁੱਪ ਦੇ ਸਾਰੇ ਕਲਾਕਾਰ ਸਾਥੀਆਂ ਵੱਲੋਂ NRI ਵੀਰ ਭਰਾਵਾਂ ਦਾ ਔਰ ਇੱਥੋਂ ਦੀ ਨੌਜਵਾਨਾਂ ਦਾ ਔਰ ਨਾਲ ਦੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਇਹ ਉਪਰਾਲਾ ਕੀਤਾ। ਕਿਉਂਕਿ ਕਹਿੰਦੇ ਨੇ ਵੱਟੇ ਉਸ ਬੇਰੀ ਨੂੰ ਵੱਜਦੇ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ, ਕੌਮਾਂ ਉਹੀ ਤਸੀਹੇ ਸਹਿੰਦੀਆਂ ਨੇ ਜਿਸ ਕੌਮ ਦੇ ਮਰਦ ਦਲੇਰ ਹੁੰਦੇ, ਕੌਣ ਪੁੱਛਦਾ ਕਾਮਾਂ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਵਿੱਚ ਨੇ ਸ਼ੇਰ ਹੁੰਦੇ। ਸੋ ਉਹ ਜਿਹੜੀ ਰੂਹਾਨੀ ਰੂਹ, ਉਹ ਰੂਹਾਨੀ ਚਿਹਰਾ, ਕਿਉਂਕਿ ਖਾਸ ਗੱਲ, ਹਾਂ ਵੀਰੇ ਨੂੰ ਖੋਲ ਦੇ ਪੂਰਾ ਕਿਤੇ ਵੀ ਨਾ ਵੀਰ ਲੱਗਣ। ਕਿਆ ਬਾਤ ਹੈ, ਕੀ ਨਾਂ ਕੀ ਵੇਖਦਾ? ਬਸ ਇੱਥੇ ਰੱਖੀ ਗਲਾ ਮੇਰਾ ਮਹਾਰਾਜ ਦੀ ਕਿਰਪਾ ਨਾਲ, ਤੈਨੂੰ ਪਤਾ ਹੀ ਆ ਪ੍ਰੋਗਰਾਮ ਲਗਾਤਾਰ ਹੀ ਆ, ਸ਼ੂਟਿੰਗਾਂ ਵੀ ਚੱਲਣ ਡਈ ਆ। ਸੋ ਅੱਜ ਤਾਂ ਬਾਬੇ ਰਾਜਾ ਸਾਹਿਬ ਦੀ ਮੇਰੇ ਤੇ ਕਿਰਪਾ, ਮੇਰੇ ਤੋਂ ਸੱਚੇ ਨਹੀਂ ਬੋਲਿਆ ਜਾਂਦਾ ਸੀ। ਇੱਕ ਵਾਰੀ ਜੈਕਾਰਾ ਉਹਨਾਂ ਨਾਂ ਦਾ ਸੱਚੇ ਦਿਲੋਂ ਬੋਲਣਾ ਸਹੀ ਆ, ਸਾਰਿਆਂ ਨੇ ਜੈ ਕਹਿਣਾ ਬਾਬੇ ਦੇ ਨਾਂ ਦੇ, ਠੀਕ ਹੈ ਨਾ? ਉਹਨਾਂ ਦੇ ਨਾਨਕੇ ਪਿੰਡ 'ਚ ਅੱਜ ਮੇਲਾ ਹੋ ਰਿਹਾ ਕਿਉਂਕਿ ਉਹਨਾਂ ਦਾ ਜਨਮ ਸਥਾਨ ਆ। ਸੋ ਅਸੀਂ ਸਾਰੇ ਬੜੇ ਕਰਮਾਂ ਵਾਲੇ ਹਾਂ, ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਸੋ ਸਾਰਿਆਂ ਨੇ ਆਪਣੀ ਪਵਿੱਤਰ ਜੀਵਾ 'ਚ, ਜਿਹਨਾਂ ਇਸ ਜੀਵਨ ਅਸੀਂ ਪਤਾ ਨਹੀਂ ਕਿੰਨੇ ਕੁ ਝੂਠ ਬੋਲਦੇ ਹਾਂ, ਸੋ ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਆਪਣੀ ਇਹ ਜੀਵਾ ਪਵਿੱਤਰ ਕਰਨ ਦਾ। ਸੋ ਬਾਬੇ ਦਾ ਨਾਂ ਸਾਰਿਆਂ ਨੇ ਦਿਲੋਂ ਉਹਨਾਂ ਦਾ ਜੈਕਾਰਾ ਬੋਲਣਾ, ਠੀਕ ਹੈ ਜੀ? ਸਾਰਿਆਂ ਨੇ ਬੋਲਣਾ ਜੈਕਾਰਾ ਬਾਬਾ ਨਾਮ ਕਮਲ ਰਾਜਾ ਸਾਹਿਬ ਦਾ। ਹਾਂ ਲੈ ਹੁਣ ਲੱਗਦਾ ਇੱਥੇ ਕੁਝ ਹੈ, ਸੱਚੀ ਗੱਲ, ਨਹੀਂ ਤਾਂ ਪਹਿਲਾਂ ਲੰਗਰ ਦਾ ਮੇਰਾ ਖਿਆਲ ਜ਼ਿਆਦਾ ਤੂੜ ਚਾੜ ਹੋ ਗਿਆ, ਔਖਾ ਹੋ ਗਿਆ ਤਾਂ ਨਹੀਂ ਨਹੀਂ ਜਿਹਨਾਂ ਦੀ ਕਹਿੰਦੇ ਜਿਹਦਾ ਵਿਆਹ ਆ ਘੋੜੀਆਂ ਉਹਦੀਆਂ ਗੋਲੀਆਂ ਚਾਹੀਦੀਆਂ, ਫੇਰ ਹੀ ਪਤਾ ਲੱਗਦਾ, ਕਿਉਂ ਭੈਣ? ਹੈ ਬਿਲਕੁਲ, ਵਾਹ ਜੀ ਵਾਹ। ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਇੱਧਰ ਸਾਡੇ ਬਜ਼ੁਰਗ ਔਰ ਮੇਰੇ ਵੀਰ, ਮੇਰੇ ਵੱਡੇ ਵੀਰ, ਔਰ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜੀ। ਔਰ ਬਹੁਤ ਮਨ ਪ੍ਰਸੰਨ ਹੋਇਆ ਇੱਥੇ ਆਣ ਕੇ, ਔਰ ਦੱਸਦੇ ਸੀ ਬਾਬਾ ਜੀ ਦੇ ਬਾਰੇ ਕਿ ਬਾਬਾ ਜੀ ਇੱਥੇ ਹੀ ਰਹਿੰਦੇ ਸੀ, ਇੱਥੇ ਹੀ ਉਹਨਾਂ ਦਾ ਰੂਹਾਨੀ ਚਿਹਰਾ ਸੀ ਉਹ ਬਾਬਾ ਜੀ। ਉਹ ਜਿੰਨੇ ਅੰਦਰੋਂ ਖੂਬਸੂਰਤ ਸਨ ਉਨੇ ਹੀ ਬਾਹਰੋਂ ਖੂਬਸੂਰਤ ਸਨ। ਉਹਨਾਂ ਦੀਆਂ ਜਿਹੜੇ ਆਹ ਜਿਹੜੇ ਉਹਨਾਂ ਦੇ ਵਾਲ ਸੀ, ਜਟਾਵਾਂ ਸੀ, ਉਹ ਗੋਲਡਨ ਸੀਗੀਆਂ, ਸੋਨੇ ਰੰਗ ਦੀਆਂ ਸੀ। ਉਹ ਦੂਰੋਂ ਪਤਾ ਲੱਗਦਾ ਸੀ ਕੋਈ ਰੂਹਾਨੀ ਚਿਹਰਾ ਆ ਰਿਹਾ, ਕੋਈ ਰੂਹਾਨੀ ਰੂਹ ਆ ਰਹੀ ਹੈ। ਸੋ ਇਸ ਕਰਕੇ ਆਪਾਂ ਉਸ ਰੂਹਾਨੀ ਚਿਹਰੇ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ। ਸੋ ਬਹੁਤ ਖੁਸ਼ੀ ਦੀ ਗੱਲ ਹੈ, ਔਰ ਮੈਂ ਬਾਬਾ ਜੀ ਅੱਗੇ, ਰਾਜਾ ਸਾਹਿਬ ਅੱਗੇ ਬੇਨਤੀ ਕਰਾਂਗਾ ਤੁਹਾਡੇ ਵੱਲੋਂ ਔਰ ਆਪਣੇ ਵੱਲੋਂ ਕਿ ਤੁਹਾਡੀਆਂ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਸੋ ਮਿਹਰਬਾਨੀ, ਥੈਂਕ ਯੂ। ਇੰਨਾ ਕੁਝ ਕਹਿੰਦਾ ਹੋਇਆ ਪ੍ਰਬੰਧਕ ਕਮੇਟੀ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ। ਤਾਂ ਲਓ ਜੀ, ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਹੋ ਕਰਦੇ ਹੋਏ, ਕਿਉਂਕਿ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਹੈ ਔਰ
ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਭਾਜੀ ਸਾਰੇ ਬੈਠ ਜਾਓ ਇੱਧਰ। ਪ੍ਰਬੰਧਕ ਵੀਰਾਂ ਦਾ ਮੈਨੂੰ ਇਸ਼ਾਰਾ ਹੋ ਰਿਹਾ ਕਿ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ। ਜਲਦੀ ਤੋਂ ਜਲਦੀ ਉਹ ਹੀ ਵਰਲਡ ਫੇਮਸ ਆਵਾਜ਼ ਤੁਹਾਡੀ ਨਜ਼ਰ ਕਰਨ ਲੱਗਾ ਜਿਨ੍ਹਾਂ ਦੇ ਅਨੇਕਾਂ ਗਾਣੇ ਹਜ਼ਾਰਾਂ ਗਾਣੇ ਹਿੱਟ ਹੋਏ ਨੇ ਔਰ ਸਾਰੇ ਗਾਣਿਆਂ ਨੂੰ ਤੁਸੀਂ ਬੇਹੱਦ ਪਸੰਦ ਕੀਤਾ। ਮੈਂ ਨਾਂ ਨਹੀਂ ਲੈਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡਾ ਸੱਚੇ ਪਾਤਸ਼ਾਹ ਇੱਧਰ ਬੈਠੇ ਨੇ ਔਰ ਉਹਨਾਂ ਦੀ ਨਜ਼ਰ ਦੇ ਵਿੱਚ ਔਰ ਉਹਨਾਂ ਦੀ ਹਜ਼ੂਰੀ ਦੇ ਵਿੱਚ ਉਹ ਹੀ ਵਰਲਡ ਫੇਮਸ ਆਵਾਜ਼ ਤੁਹਾਡੀ ਨਜ਼ਰ ਕਰਨ ਲੱਗਾ ਔਰ ਧਾਰਮਿਕ ਕੈਸਟਾਂ ਵੀ ਜਿਹਨਾਂ ਨੇ ਬੜੀਆਂ ਤੁਹਾਨੂੰ ਦਿੱਤੀਆਂ ਔਰ ਸੱਭਿਆਚਾਰਕ ਕੈਸਟਾਂ ਵੀ ਦਿੱਤੀਆਂ ਔਰ ਉਹਨਾਂ ਲਈ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਕਿੰਨੀ ਉੱਚੀ ਹਸਤੀ ਤੇਰੀ ਜਾਦੂ ਤੇਰਾ ਕਿੰਨਿਆਂ ਤੇ ਤੇਰੇ ਦਿਲ ਨੇ ਤੇਰੇ ਲਈ ਹਰ ਦਿਲ ਚੋਂ ਆਪਣੇ ਆਪ ਦੁਆਵਾਂ ਨਿਕਲਦੀਆਂ। ਸੋ ਤੁਹਾਡੀਆਂ ਦੁਆਵਾਂ ਔਰ ਤੁਹਾਡੀਆਂ ਨਜ਼ਰਾਂ ਜਿਸ ਕਲਾਕਾਰਾਂ ਦੇ ਤਕਰੀ ਹੈ ਔਰ ਵਰਲਡ ਦੀ ਫੇਮਸ ਆਵਾਜ਼ ਅਦਾਕਾਰ ਜ਼ੋਰਦਾਰ ਮੈਂ ਆਵਾਜ਼ ਦੇ ਰਿਹਾ ਮਿਸ ਪੂਜਾ ਜੀ। ਪੂਜਾ ਜੀ ਤੁਹਾਡੇ ਦਰਮਿਆਨ ਤੁਸੀਂ ਜਿਹਨਾਂ ਨੂੰ ਅੱਗੇ ਹਮੇਸ਼ਾ ਹੀ ਉਹਨਾਂ ਨੂੰ ਟੀਵੀ ਦੇ ਦਿਓ ਅੱਜ ਲਾਈਵ ਦੇਖੋਗੇ ਔਰ ਮਿਸ ਪੂਜਾ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ। ਧੰਨ ਧੰਨ 108 ਸ਼੍ਰੀ ਨਾਭ ਕਮਲ ਜੀ ਰਾਜਾ ਸਾਹਿਬ ਜੀ ਦੀ 150 ਸਾਲਾ ਜਨਮ ਦਿਨ ਹੈ ਅੱਜ ਤੇ ਬਹੁਤ ਬਹੁਤ ਖੁਸ਼ੀਆਂ ਭਰਿਆ ਮੌਕਾ ਹੈ। ਮੈਂ ਖੁਸ਼ਕਿਸਮਤ ਸਮਝਦੀ ਹਾਂ ਆਪਣੇ ਆਪ ਨੂੰ ਕਿ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਆਉਣ ਦਾ ਰਾਜਾ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਦਾ। ਮੈਨੂੰ ਉਮੀਦ ਹੈ ਤੁਸੀਂ ਵੀ ਸਾਰੇ ਬਹੁਤ ਖੁਸ਼ ਹੋਣੇ। ਸੋ ਬਹੁਤ ਮੇਰਾ ਭਰਿਆ ਦਿਨ ਹੈ ਅੱਜ। ਮੈਂ ਧੰਨਵਾਦ ਕਰਦੀ ਹਾਂ ਸੋ ਵਿਰਕ ਜੀ ਦਾ ਜਿਨ੍ਹਾਂ ਦੇ ਸਦਕਾ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਸੋ ਰਾਜਾ ਸਾਹਿਬ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਆਰੰਭ ਕਰਦੇ ਹਾਂ ਪ੍ਰੋਗਰਾਮ।
Sari gari gama gari gama gari gama gari sari gari gama gari gama gari gama gari sari gama bam bam gama gari gari sari sani sani da ni re ਪਹਿਲਾਂ ਦਾਤਾ ਦੋਵੇਂ ਹੱਥ ਜੋੜਾਂ ਭਲਾ ਸਰਬੱਤ ਦਾ ਮੈਂ ਸੱਚੇ ਦਿਲੋਂ ਲੋੜਾਂ ਮੂੰਹੋਂ ਮੰਗੀਆਂ ਤੂੰ ਕਰੇ ਪੂਰੀਆਂ ਮੁਰਾਦਾਂ ਅਣਸੁਣੀਆਂ ਨਾ ਕਦੇ ਹੋ ਬਖਸ਼ਿਆ ਏ ਗੁਣ ਜਿਹੜਾ ਮੈਨੂੰ ਮੇਰੇ ਦਾਤਿਆ ਤੈਥੋਂ ਮਨਜ਼ੂਰੀ ਲੈ ਕੇ ਗਾਉਣ ਲੱਗੀਆਂ ਹਿਮਾ ਕਰੀ ਮੈਥੋਂ ਕੋਈ ਹੋ ਜੇ ਗੁਸਤਾਖੀ ਪਹਿਲੋਂ ਤੇਰਾ ਨਾਮ ਮੈਂ ਤਿਉਂ
साढ़ी मन लो अर्ज जरूरी कर दो दूर सबे मजबूरी कुर्बान मैं तेरी बख्शिश के एहसान किया सारे काम बन जान साडे ते सतगुरु सच्चे पातशाह राजा साहब दी आशीर्वाद रहे मेहर रहे सो आपा सारे ने मिलके गाना है क्योंकि सारे जानते हैं कि साडे सारे काम बन जान गाओगे मेरे नाल कृपा कर मेरा दे असाइया साडे काज सवार दियो कृपा कर मेरा दे असाइया साडे काज सवार दियो साडे काज सवार दियो साडे जी काज सवार दियो करके मैं पता तुसी मार रहे हो पर नजर नहीं आ रही साडे काज सवार देओ काज सवार देओ साडे जी साडे काज सवार देओ साडे जी काज सवार देओ 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 ਤੁਹਾਡਾ ਪਿਆਰ ਮਨਜ਼ੂਰ ਮੈਨੂੰ ਤਾੜੀਆਂ ਮਾਰ ਕੇ ਤੇ ਨਾਲ ਇੱਕ ਵਾਰ ਮੇਰੇ ਨਾਲ ਜੈਕਾਰੇ ਚ ਸਾਥ ਦਿਓ ਉਹ ਫਿਰ ਅਸਲੀ ਪਿਆਰ ਹੋਊਗਾ ਬੋਲੇ ਸੋਨਿਹਾਰ ਕੀ ਬਾਤ ਹੈ ਜੀ ਸਾਡੀ ਸੁਣੀ ਗਈ ਸੁਣ ਲਈ ਪਰਮਾਤਮਾ ਨੇ ਸਾਰੀ ਸਾਡੀਆਂ ਅਰਦਾਸਾਂ ਜ਼ਰੂਰ ਪੂਰੀਆਂ ਹੋਣਗੀਆਂ ਸੋ ਅਗਲੀ ਰਚਨਾ ਨਿਮਾਣਿਆਂ ਦੀ ਲਾਜ ਰੱਖੀ ਪਿਤਾ ਬਾਜਾਂ ਵਾਲਿਆ ਆਣ ਕੇ ਹਜ਼ੂਰ ਸਾਹਿਬ ਸਰ ਨੂੰ ਝੁਕਾ ਲਿਆ ਹਾਂਜੀ ਹਾਂਜੀ
जवाड़िया निमाणिया दिलाज रखी किताबा जवाड़िया आणके हजूर साहब सीस नू चुका लिया निमाणिया दिलाज रखी ता तैनू दाता दिल च बसा लिया असाने ता तैनू दाता दिल च बसा लिया आन के हजूर साहब सीस नू चुका लिया निमाणिया दिलाज रखी छड़ तेनू अपना बना लिया आन के हजूर साहब सीस नू चुका लिया निमाणिया दिलाज रखी पिता बाजा वालिया आन के हजूर साहब सीस आपा परमात्मा दे दरबार से आया तो ये मेहर हो रही है परमात्मा दी मैनू नहीं लगता कि एनी जी बूंदा बांदी जी आपां घबरा गए बह के सुनो प्यार नाल निमाणिया दिलाज रखी तो साड़ी लाज रखी जाओगी जे बह जाएंगे कोई ना जे माड़े मोटे गिले भी हो जाते ਸਾਧ ਸੰਗਤ ਇੰਨਾ ਕੀ ਬਾਬੇ ਨਾਲ ਪਿਆਰ ਹੈ ਬੰਦੇ ਚਾਰ ਛੱਟਾਂ ਕੀ ਪਈਆਂ ਉੱਠ ਕੇ ਤੁਰ ਪਈ ਯਾਰ ਉਹ ਬੈਠੋ ਕੋਈ ਨਹੀਂ ਗੱਲ ਬਾਬਾ ਜੀ ਮਿਹਰ ਕਰਨਗੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਾਕਾ ਮੂਵੀ ਨਹੀਂ ਬਣਾਉਣੀ ਬਹਿ ਜਾ ਬਾਕੀ ਸਾਰੇ ਇੱਕ ਵਾਰੀ ਜਕਾਰਾ ਬੋਲੋ ਸ਼ਾਇਦ ਉਹ ਠੱਲ ਜਵੇ ਬੋਲੇ ਸੋ ਨਿਹਾਲ ਇੱਧਰ ਜਿਹੜੇ ਘਰਾਂ ਨੂੰ ਜਾਣ ਡੇ ਦਿਲੋਂ ਮੁੜ ਕੇ ਆਉਣ ਡੇ क्या बात है बैठो बैठो उधर साढ़े पुलिस साहबान अफसर साहबान वो भी बिठा रहे ने और सच्ची तो प्यार ना बैठो भैन जी बैठो बीबी बह जा भैन कितने चली है बीबी बह जा भैन बाबे की कृपा हो रही है सारे थे है ना बस बह जाओ एक बार होर तो वाहेगुरु जी का खालसा वाहेगुरु जी की फतेह साढ़े सारे थे अज सच्चे पातशाह की कृपा आ एक करी जकारा होर बोल दिया कड़ियां घट गई ठीक है बोलो निहाल हाँ बस बैठ के आनंद मानो पूजा जी दे शब्दां दा
ਸੋ ਮਿਹਰਬਾਨੀ ਥੈਂਕ ਯੂ ਆਓ ਜੀ ਪੂਜਾ ਜੀ ਇਹ ਸਾਡਾ ਇਮਤਿਹਾਨ ਹੋ ਰਿਹਾ ਕਿ ਅਸੀਂ ਕਿੰਨੇ ਕੁ ਜੁੜੇ ਹੋਏ ਹਾਂ ਸੋ ਆਪਾਂ ਨੇ ਖਰੇ ਉਤਰਨਾ ਇਮਤਿਹਾਨ ਤੇ ਸੋ ਅੱਜ ਰਾਜਾ ਸਾਹਿਬ ਜੀ ਦਾ ਜਨਮ ਦਿਨ ਹੈ ਬਹੁਤ ਵਡਭਾਗੀ ਧਰਤੀ ਹੈ ਇਹ ਪਿੰਡ ਬੱਲੋਵਾਲ ਵਿੱਚ ਅੱਜ ਦੇ ਦਿਨ ਰਾਜਾ ਸਾਹਿਬ ਜੀ ਦਾ ਜਨਮ ਹੋਇਆ ਸੀ ਪਰਮ ਪੂਜਨੀ ਮਾਤਾ ਦੇਈ ਜੀ ਦੀ ਕੁੱਕ ਚੋਂ ਸੋ ਬਹੁਤ ਖੁਸ਼ੀਆਂ ਵਾਲਾ ਮੌਕਾ ਹੈ ਸੋ ਰਾਜਾ ਸਾਹਿਬ ਜੀ ਦਾ ਇੱਕ ਰਚਨਾ ਤੁਹਾਡੀ ਨਜ਼ਰ ਕਰ ਰਹੀ ਹਾਂ